किसानी अंदोलन च शहीद होए मंसूरपुर वडाला दे किसान दे घर हरसिमरत कौर बादल पहुंचे। अकाली दल दे विधायक पवन टीनू ने भी परिवार दे नाल दुख सांझा कीता। दस दिए कि 1 अप्रैल नूं सिंगू बॉर्डर तो वापस परतदियां नौजवान किसान अर्शप्रीत सिंह की मौत हो गई सी। पंजाब सरकार वल्लों परिवार नूं कोई भी सहायता ना दित्ते जाण ते हरसिमरत कौर बादल ने सवाल चुके ने। उन्हां कहा कि सिर्फ नौकरी ते मुआवजे का ऐलान करके वादियां तो लगातार मुकरदी जा रही है सरकार। चरणजीत चन्नी दे उपर वरदे विखाई दिते, धोखा देने दे इल्जाम उन्होंने लगाए। स्पष्ट तौर पर कहते विखाई दिते कि जिस ढंग दे नाल चरणजीत चन्नी फोके वादे करते जा रहे हैं, इस चीज़ को कदे भी बर्दाश्त नहीं किया जा सकता। ਸਾਡੇ ਨੌਜਵਾਨਾਂ ਨੇ ਲੜਾਈ ਲੜੀ ਕਿਸਾਨਾਂ ਨੂੰ ਅੱਗੇ ਲਾ ਕੇ, ਭਾਵੇਂ ਦਿੱਲੀ ਤਾਈਂ ਕੂਚ ਕਰਨਾ, ਅੱਗੇ ਹੋ ਕੇ ਨੌਜਵਾਨ ਲੜੇ, ਉੱਥੇ ਵੀ ਫਿਰ ਸਾਲ ਸਵਾ ਸਾਲ ਜਿਹੜੇ ਡਟੇ ਰਹੇ ਇਹੋ ਜਿਹੇ ਨੌਜਵਾਨ। ਇਹ ਦੁਖਦ ਹਾਦਸਾ ਟਰੈਕਟਰ ਤੋਂ ਅੱਗੇ ਕੇ ਜੇ ਸ਼ਹਾਦਤ ਉਹਨਾਂ ਨੇ ਪਾਈ, ਲੇਕਿਨ ਸਰਕਾਰ ਵੱਲੋਂ ਕਿਸੇ ਨੇ ਆ ਕੇ ਪੁੱਛਗਿੱਛ ਵੀ ਨਹੀਂ ਕੀਤੀ, ਨਾ ਕੋਈ ਅਫਸਰ ਨਾ ਕੋਈ ਲੀਡਰ ਦੇਣਾ ਤਾਂ ਕੀ ਸੀ। ਹਾਲਾਂਕਿ ਐਲਾਨ ਕੀਤਾ 10 ਲੱਖ ਅਤੇ ਨੌਕਰੀ ਐਲਾਨ ਹੈਗੇ ਨਾ ਜੀ, ਅਤੇ ਐਲਾਨ ਨਹੀਂ ਦਿੱਤਾ, ਘੱਟ ਤੋਂ ਘੱਟ ਆ ਕੇ ਦੁੱਖ ਤਾਂ ਸਾਂਝਾ ਕਰ ਲੈਂਦੇ। ਅਤੇ ਕਿੰਨੇ ਸਾਰੇ ਆਪਣੇ ਇਹੋ ਜਿਹੇ ਨੌਜਵਾਨ ਜਿਹੜੇ ਸ਼ਹੀਦ ਹੋ ਗਏ ਨੇ, ਸਰਕਾਰ ਨੇ ਆਹ ਵੀ ਨਹੀਂ ਕਿ ਇੱਕ ਲਿਸਟ ਬਣਾ ਕੇ ਕੇਂਦਰ ਨੂੰ ਭੇਜਣ ਅਤੇ ਕੁਛ ਇਹਨਾਂ ਵਾਸਤੇ ਆਪ ਨਹੀਂ ਦੇਣਾ, ਉੱਥੇ ਮੰਗ ਕਰ ਲੈਣ। ਉਹ ਤਾਂ ਪਾਰਲੀਮੈਂਟ 'ਚ ਕਹਿੰਦੇ ਕਿ ਸਾਨੂੰ ਸਟੇਟ ਸਰਕਾਰ ਨੇ ਕੁਝ ਦੱਸਿਆ, ਕੋਈ ਸ਼ਹੀਦ ਹੀ ਨਹੀਂ ਹੋਇਆ ਕਿਸਾਨ। ਸੋ ਇਹ ਬਹੁਤ ਦੁੱਖ ਹੁੰਦਾ ਹੈ ਕਿ ਇਹੋ ਜਿਹੇ ਪਰਿਵਾਰ ਆ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਗਵਾਤਾ, ਉਹਨਾਂ ਦੀ ਬਾਂਹ ਫੜਨ ਵਾਸਤੇ ਨਾ ਸਰਕਾਰ ਨਾ ਕੇਂਦਰ ਨਾ ਸੂਬੇ ਦੀ। ਚਲੋ ਮਾਲਿਕ ਕਿਰਪਾ ਕਰਨ ਅਸੀਂ ਇਹਨਾਂ ਦੇ ਕਿਸੇ ਕੰਮ ਆ ਸਕਦੇ। ਇਹ ਸਿਰਫ ਇਸ ਹਲਕੇ ਦੀ ਗੱਲ ਨਹੀਂ ਜੀ, ਮੇਰੇ ਇਲਾਕੇ 'ਚ ਪਾਰਲੀਮੈਂਟਰੀ ਹਲਕੇ 'ਚ 9 ਹਲਕੇ ਆਉਂਦੇ ਨੇ, ਅਤੇ ਮੈਨੂੰ ਲੱਗਦਾ 50-60 ਪਰਿਵਾਰਾਂ ਦੇ ਕੋਲ ਤਾਂ ਮੈਂ ਖੁਦ ਗਈ ਹਾਂ। ਉਹ ਜਿਹੜੀ 3 ਬੀਬੀਆਂ ਜਿਨ੍ਹਾਂ ਦਾ ਐਕਸੀਡੈਂਟ ਹੋ ਗਿਆ ਸੀਗਾ, ਉਹ ਇਹੋ ਜਿਹੀ ਬੀਬੀਆਂ ਜਿਹੜੀ ਇਕੱਲੇ ਕਮਾਉਣ ਵਾਲੀ ਸੀ, ਕੋਈ ਬੰਦਾ ਨਹੀਂ ਸੀ, ਆਪਦੇ ਭੈਣ ਭਰਾਵਾਂ ਦੇ ਬੱਚਿਆਂ ਨੂੰ ਵੀ ਪਾਲਦੇ ਸੀਗੇ, ਉਹਨਾਂ ਤਾਂ ਹੀ ਵੀ ਕੁਛ ਨਹੀਂ, ਨਾ ਪਹੁੰਚ ਕੀਤੀ ਤਾਂ ਨਾ ਉਹਨਾਂ ਨੂੰ ਕੁਛ ਦਿੱਤਾ। ਇਹ ਬੜੀ ਦੁੱਖ ਦੀ ਗੱਲ ਹੈ ਕਿ ਇੱਕ ਪਾਸੇ ਤਾਂ ਇਹਨਾਂ ਦੇ ਕੋਲ ਪੂਰੇ ਸੂਬੇ ਦਾ ਖਜ਼ਾਨਾ, ਕੁਰਸੀ ਬਚਾਉਣ ਵਾਸਤੇ ਆਪ ਦੇ MLA ਦੇ ਮੁੰਡਿਆਂ ਨੂੰ ਤਾਂ ਦੇ ਸਕਦੇ ਨੇ ਨੌਕਰੀ, ਲੁੱਟ ਖਸੁੱਟ ਵੀ ਕਰ ਸਕਦੇ, ਲੇਕਿਨ ਜਿਸ ਗਰੀਬ ਦਾ ਕੋਈ ਸਹਾਰਾ ਬਣ ਜੂਗਾ, ਉਹਦੇ ਧੀ ਪੁੱਤ ਨੂੰ ਜੇ ਕੋਈ ਨੌਕਰੀ ਮਿਲ ਗਈ, ਪਰਿਵਾਰ ਦਾ ਕੰਮ ਚੱਲ ਜੂਗਾ, 10 ਲੱਖ ਨਹੀਂ ਦੇਣਾ ਤਾਂ ਕੁਛ ਤਾਂ ਤੁਸੀਂ ਇਹਨਾਂ ਨੂੰ ਦੇ ਕੇ ਇਹਨਾਂ ਦੀ ਬਾਂਹ ਫੜੋ। ਲੇਕਿਨ ਇਕੱਲੇ ਜਾਂ ਐਲਾਨ ਹੈ ਜਾਂ ਗੱਲਾਂ ਹੈਗੀਆਂ, ਬਾਕੀ ਕੁਰਸੀ ਦੀ ਲੜਾਈ ਹੈਗੀ, ਲੋਕਾਂ ਦੀ ਲੜਾਈ ਕੌਣ ਲੜੂਗਾ।